ਸਰ ਸਾਡੇ ਮਾਣਯੋਗ ਡੀ ਐੱਸ ਪੀ ਸ਼੍ਰੀ ਗੌਰਵ ਯਾਦਵ ਅਤੇ ਸਾਡੇ ਐੱਸ ਐੱਸ ਪੀ ਸਾਹਿਬ ਦੇ ਜੇ ਹਰਮਨਵੀਰ ਸਿੰਘ ਗਿੱਲ ਜੀ ਦੇ ਦਿਸ਼ਾ ਦਿਸ਼ਾਂ ਕੱਲ੍ਹ ਸਾਡੀ ਜਿਹੜੀ ਸੀ ਆਈ ਏ ਵਨ ਦੀ ਪਾਰਟੀ ਸੀਗੀ, ਸੀ ਆਈ ਏ ਟੂ ਦੀ ਪਾਰਟੀ ਜਿਹੜੀ ਹੈ ਇਹ ਪੈਟਰੋਲਿੰਗ 'ਤੇ ਸੀ, ਤਾਂ ਉਹਨਾਂ ਨੂੰ ਜਿੰਦਾ ਦੇ ਬੱਸ ਸਟੈਂਡ ਨਜ਼ਦੀਕ ਇੱਕ ਕਾਰ ਜਿਹੜੀ ਹੈਗੀ ਆ ਫੋਰਡ ਫੀਗੋ ਦੇ ਵਿੱਚ ਚਾਰ ਸ਼ੱਕੀ ਬੰਦੇ ਬੈਠੇ ਨਜ਼ਰ ਆਏ ਸੀ, ਤਾਂ ਇਹਨਾਂ ਨੇ ਉਹਨਾਂ ਨੂੰ ਕਾਬੂ ਕਰਕੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਦੇ ਅੱਗੇ ਗੇਅਰ ਬੋਕਸ ਦੇ ਕੋਲ ਜਿਹੜਾ ਖਾਨਾ ਹੁੰਦਾ ਉਹਦੇ ਵਿੱਚ ਕੋਈ ਨਸ਼ੀਲੇ ਪਦਾਰਥ ਦਾ ਸ਼ੱਕ ਪਿਆ। ਉਹਨਾਂ ਨੂੰ ਜਦੋਂ ਇਹਨਾਂ ਨੇ ਫਿਰ ਪੁੱਛਿਆ ਵੀ ਇਹ ਕੀ ਆ, ਉਹਨਾਂ ਨੇ ਕੋਈ ਸੈਟਿਸਫੈਕਟਰੀ ਜਵਾਬ ਨਹੀਂ ਦਿੱਤਾ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਾਲ ਕੀਤੀ, ਮੈਂ ਮੌਕੇ 'ਤੇ ਗਿਆ। ਮੌਕੇ 'ਤੇ ਜਾ ਕੇ ਉਹਨਾਂ ਨੂੰ ਮੈਂ ਪੁੱਛਿਆ ਵੀ ਤੁਹਾਡੇ ਕੋਲ ਕੋਈ ਨਸ਼ੀਲਾ ਪਦਾਰਥ ਲੱਗਦਾ ਹੈਗਾ ਜਾਂ ਤੁਸੀਂ ਇਹ ਸਾਨੂੰ ਦੱਸੋ ਵੀ ਅਸੀਂ ਇਹਦੀ ਤਲਾਸ਼ੀ ਲੈਣੀ ਹੈ, ਤੁਸੀਂ ਸਾਨੂੰ ਤਲਾਸ਼ੀ ਦੇਣੀ ਚਾਹੁੰਦੇ ਹੋ ਕਮਿਸ਼ਨਰ ਸਾਹਿਬ ਨੂੰ ਦੇਣੀ। ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀ ਤਲਾਸ਼ੀ ਲਓ, ਜੋ ਤਲਾਸ਼ੀ ਲਈ ਤਾਂ ਉਹਦੇ ਵਿੱਚੋਂ ਸਾਨੂੰ ਹੀਰੋਇਨ ਬਰਾਮਦ ਹੋਈ। ਹੀਰੋਇਨ ਬਰਾਮਦ ਹੋਣ ਤੋਂ ਬਾਅਦ ਜਦ ਅਸੀਂ ਉਹਦਾ ਵਜ਼ਨ ਕੀਤਾ ਤਾਂ ਉਹ 400 ਗ੍ਰਾਮ ਹੋਈ। ਇਹਦੇ ਵਿੱਚ ਜਿਹੜਾ ਕਾਰ ਨੂੰ ਡਰਾਈਵਿੰਗ ਸੀਗੀ ਜਿਹੜੀ ਉਹ ਤੇਜਿੰਦਰ ਸਿੰਘ ਕਰ ਰਿਹਾ ਸੀ, ਜਿਹੜਾ ਹੈਗਾ ਪੰਕਜ ਛਾਵੜਾ ਉਹ ਉਹਦੇ ਨਾਲ ਬੈਠਾ ਸੀਗਾ ਅਤੇ ਪਿੱਛੇ ਮਨਪ੍ਰੀਤ ਉਰਫ ਮੀਨਾ ਬੈਠਾ ਸੀਗਾ। ਜਦੋਂ ਇਹਨਾਂ ਤੋਂ ਅਸੀਂ ਇੰਟਰੋਗੇਸ਼ਨ ਕੀਤੀ, ਇਹਨਾਂ ਦੀ ਪੁੱਛਗਿੱਛ ਦੇ ਵਿੱਚ ਇਹ ਗੱਲ ਸਾਹਮਣੇ ਆਈ ਵੀ ਤਿੰਨਾਂ ਨੇ ਪੈਸੇ ਆਪਸ ਦੇ ਵਿੱਚ ਸ਼ੇਅਰ ਕਰਕੇ ਸਮਾਨ ਲਿਆਂਦਾ ਸੀ, ਅਤੇ ਇਹਨਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਅੱਗੇ ਜਿਹੜਾ ਹੈਗਾ ਇਹ ਅਸੀਂ ਜਦੋਂ ਜਿਹੜਾ ਪ੍ਰੋਫਿਟ ਆਉਣਾ ਸੀ ਉਹ ਆਪਸ ਦੇ ਵਿੱਚ ਤਿੰਨ ਭਾਗਾਂ ਦੇ ਵਿੱਚ ਵੰਡਣਾ ਸੀ, ਸ਼ੇਅਰ ਕਰਨਾ ਸੀ। ਹਾਂਜੀ, ਇਹ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਆ ਸਰ, ਚੱਲ ਰਿਹਾ ਜੀ ਹਜੇ ਇਨਵੈਸਟੀਗੇਸ਼ਨ, ਜਦੋਂ ਕਲੀਅਰ ਹੋ ਗਿਆ ਦੱਸ ਦਿਓ। ਹਾਂਜੀ ਸਰ, ਇਹਦੇ ਵਿੱਚ ਜਿਹੜਾ ਤੇਜਿੰਦਰ ਸਿੰਘ ਹੈਗਾ ਉਹਦੇ 'ਤੇ 10 ਮੁਕੱਦਮੇ ਦਰਜ ਨੇ ਜੀ, ਜਿਹੜਾ ਪੰਕਜ ਛਾਬੜਾ ਹੈਗਾ ਸਰ ਇਹਦੇ 'ਤੇ 2 ਅਤੇ ਮਨਪ੍ਰੀਤ 'ਤੇ 1। ਨਹੀਂ ਸਰ, ਇਹਨਾਂ ਨੇ ਇਹਨਾਂ ਨੇ ਵੇਚਣਾ ਸੀਗਾ ਜੀ। ਉਹ ਇਨਵੈਸਟੀਗੇਸ਼ਨ ਦੇ ਵਿੱਚ ਮਾਰ ਗਿਆ ਜੀ, ਬੈਕਵਰਡ ਫਾਰਵਰਡ ਲਿੰਕ ਦੇ ਵਿੱਚ ਅਸੀਂ ਇਹਦੇ ਜਾਵਾਂਗੇ। ਬੈਕਵਰਡ ਫਾਰਵਰਡ ਲਿੰਕ ਦੇ ਵਿੱਚ ਜਾਣ ਦੇ ਨਾਲ ਜੋ ਵੀ ਤਫਤੀਸ਼ ਦੇ ਵਿੱਚ ਗੱਲ ਸਾਹਮਣੇ ਆਏਗੀ ਉਹਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਅਮਲ ਵਿੱਚ ਲਿਆਂਦੀ ਜਾਵੇਗੀ ਨਾਲ ਦੀ ਨਾਲ। ਨਹੀਂ, ਹਾਲੇ ਤੱਕ ਤਾਂ ਪੁੱਛਗਿੱਛ ਆਈ ਨਹੀਂ, ਪੁੱਛਗਿੱਛ ਚਾਲੂ ਹੈ ਜੀ ਇਹਨਾਂ ਕੋਲ, ਕਿਉਂਕਿ ਅੱਜ ਇਹਨਾਂ ਨੂੰ ਪੇਸ਼ ਕਰਨਾ ਸੀਗਾ ਉਹਦੇ ਕਰਕੇ ਜਿਹੜੀ ਅੱਜ ਇਹਨਾਂ ਪੁਲਿਸ ਰਿਮਾਂਡ ਲੈ ਕੇ ਦੁਬਾਰਾ ਆਪਾਂ ਇਹਨਾਂ ਨੂੰ ਦੁਬਾਰਾ ਇਹਨਾਂ ਦੀ ਇੰਟਰੋਗੇਸ਼ਨ ਕਰਵਾਉਣੀ। ਇਹਨਾਂ ਤੋਂ ਸਰ ਪਹਿਲਾਂ ਲੁੱਟਾ ਖੋਹਾਂ ਦੇ ਮਾਮਲੇ, ਲੜਾਈ ਝਗੜੇ ਦੇ ਮਾਮਲੇ, ਐਨ ਡੀ ਪੀ ਐੱਸ ਐਕਟ ਦਾ ਮੁਕੱਦਮੇ ਆਲਰੇਡੀ ਪਹਿਲਾਂ ਦਰਜ ਨੇ। ਨਹੀਂ ਸਰ, ਇਹ ਤਕਰੀਬਨ ਇਹੀ ਕੰਮ ਕਰ ਰਹੇ ਜੀ, 25-25, 30-28, 25-28 ਦੀ ਰੇਂਜ ਦੇ ਵਿੱਚ ਨੇ। ਪੇਸ਼ੇ ਤੋਂ ਸਰ ਇਹ ਤਕਰੀਬਨ ਲੇਬਰਿੰਗ ਕਰਦੇ ਹੈਗੇ ਆ, ਅਤੇ ਜਿਹੜੀ ਗੱਡੀ ਹੈਗੀ ਆ ਉਹ ਕਿਸੇ ਹੋਰ ਦੇ ਨਾਂ 'ਤੇ ਹੈਗੀ ਆ, ਜਿਹੜੀ ਵੱਡੀ ਗੱਡੀ ਫੜੀ ਗਈ ਆ ਫੋਰਡ ਫੀਗੋ। ਇਹਦੇ ਬੈਕਵਰਡ ਫਾਰਵਰਡ ਲਿੰਕ ਦੇ ਵਿੱਚ ਜਾਇਆ ਜਾ ਰਿਹਾ ਸਰ, ਦੇਖਾਂਗੇ ਅਸੀਂ ਅੱਗੇ ਕਿੱਥੋਂ ਲੈ ਕੇ ਆਏ ਆ ਜੀ ਖੇਤ ਦੇ ਵਿੱਚ ਸਮਾਨ, ਅਤੇ ਇਹਨਾਂ ਨੇ ਅੱਗੇ ਜਾ ਕੇ ਕਿੱਥੇ ਦੇਣਾ ਸੀ।